ਪੰਜਾਬ ਹੈਡਲਾਈਨ 'ਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਨਾਲ ਇੰਦਰਜੀਤ ਕੌਰ ਤੇ ਅਗਲੇ ਘੰਟੇ ਦੌਰਾਨ ਪੰਜਾਬ ਦੀ ਹਰ ਖਬਰ ਦੇ ਨਾਲ ਰੂਬਰੂ ਕਰਾਵਾਂਗੇ। ਸਿਆਸਤ ਦੀ ਗੱਲ ਹੋਏਗੀ, ਮੌਸਮ ਦਾ ਹਾਲ ਤੇ ਚੰਗੀ ਖਬਰ ਵੀ ਦੱਸਾਂਗੇ। ਮੈਂ ਤੁਹਾਡੇ ਨਾਲ ਗੌਰਵ ਸ਼ੁਕਲਾ ਪੰਜਾਬ ਹੈਡਲਾਈਨ ਲੈ ਕੇ ਅਸੀਂ ਹਾਜ਼ਰ ਹਾਂ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ। ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਹੋਈ ਹੈ ਤੇ ਜਿਸ ਦੇ ਵਿੱਚ ਇਜਲਾਸ ਨੂੰ ਲੈ ਕੇ ਚਰਚਾ ਹੋਈ। ਜਿਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਧਾਨ ਸਭਾ ਇਜਲਾਸ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ। ਹੁਣ 5 ਸਤੰਬਰ ਦੀ ਥਾਂ 8 ਸਤੰਬਰ ਤੋਂ 14 ਸਤੰਬਰ ਵਿਚਾਲੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਏਗਾ। ਉਧਰ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਜਾਣ ਬੁੱਝ ਕੇ ਇਜਲਾਸ ਦਾ ਸਮਾਂ ਘੱਟ ਰੱਖਿਆ ਗਿਆ ਹੈ। ਉਧਰ ਸਰਕਾਰ ਦਾ ਕਹਿਣਾ ਕਿ ਬਿਜ਼ਨਸ ਐਡਵਾਈਜ਼ਰੀ ਦੀ ਮੀਟਿੰਗ ਵਿੱਚ ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਵਿਦੇਸ਼ ਦੌਰੇ ਤੇ ਹੋਣ ਦੀ ਵਜ੍ਹਾ ਨਾਲ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਤਰੀਕ 5 ਸਤੰਬਰ ਤੋਂ ਬਦਲ ਕੇ 8 ਸਤੰਬਰ ਕਰ ਦਿੱਤੀ ਗਈ ਹੈ। ਇਹ ਮੌਨਸੂਨ ਸੈਸ਼ਨ 14 ਸਤੰਬਰ ਤੱਕ ਚੱਲੇਗਾ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚ ਡੇਟ ਫਾਈਨਲ ਹੋਈ ਸੀ, ਹੁਣ ਉਹ ਜਿਹੜਾ ਸੈਸ਼ਨ ਹੈ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ, 8 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਬੁਲਾਉਣ ਦਾ ਜਿਹੜਾ ਫੈਸਲਾ ਕੀਤਾ। ਦੇਖੋ, ਜਿੰਨਾ ਜਿਹੜਾ ਹਾਊਸ ਦਾ ਬਿਜ਼ਨਸ ਇਸ ਵੇਲੇ ਉਹਦੇ ਵਾਸਤੇ ਸਮੇਂ ਦੀ ਲੋੜ ਹੈ, ਉਨਾ ਸਮਾਂ ਸਫੀਸ਼ੀਐਂਟ ਰੱਖਿਆ ਗਿਆ। ਬਾਕੀ ਕੋਈ ਕਿਸੇ ਦਾ ਸੁਜੈਸ਼ਨ ਹੋਵੇ ਤਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਹਮੇਸ਼ਾ ਸੈਸ਼ਨ ਦੇ ਸ਼ੁਰੂਆਤ ਦੇ ਉੱਤੇ ਹੁੰਦੀ ਹੈ। ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ, ਉੱਥੇ ਬੈਠ ਕੇ ਡਿਸਕਸ ਹੋ ਜਾਏਗਾ। ਪੰਜਾਬ ਸਰਕਾਰ ਦੀ ਇਸੇ ਮੌਨਸੂਨ ਇਜਲਾਸ ਵਿੱਚ GST ਬਿੱਲ ਲਿਆਉਣ ਦੀ ਤਿਆਰੀ ਵੀ ਹੈ। GST ਦਾ ਵੀ ਇਸ਼ੂ ਆ ਰਿਹਾ, ਉਹਦੇ ਕਰਕੇ ਉਹ ਵੀ ਇਸ ਸੈਸ਼ਨ ਦੇ ਵਿੱਚ ਹੋਣਾ ਜ਼ਰੂਰੀ ਹੈ। ਸਾਰੀਆਂ ਸਟੇਟਾਂ ਨੇ ਆਪਣਾ ਵਿਧਾਨ ਸਭਾ ਦੇ ਵਿੱਚ ਆਪਣਾ ਪਾਸ ਕਰਕੇ ਪਹਿਲਾਂ ਭੇਜਣਾ ਹੁੰਦਾ, ਕਿਉਂਕਿ ਕੌਨਸਟੀਟਿਊਸ਼ਨ ਅਮੈਂਡਮੈਂਟ ਜਦੋਂ ਵੀ ਕੋਈ ਹੁੰਦੀ ਹੈ ਉਦੋਂ ਸਟੇਟਾਂ ਦੀ ਵੱਲੋਂ ਜਾਣਾ ਜਿਹੜੀਆਂ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ, ਇਸ ਕਰਕੇ ਨੈਚੁਰਲੀ ਉਹ ਮੁੱਦਾ ਜਾਏਗਾ। ਇਸ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਜੰਡਿਆਲਾ ਗੁਰੂ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਤੇ ਮੋਹਰ ਲਾ ਦਿੱਤੀ ਗਈ। ਇਸ ਦੇ ਨਾਲ ਹੀ 198 ਸਰਵਿਸ ਪ੍ਰੋਵਾਈਡਿੰਗ ਟ੍ਰੇਨਰਸ ਨੂੰ ਕ੍ਰਾਫਟ ਇੰਸਟ੍ਰਕਟਰ ਵਜੋਂ ਰੈਗੂਲਰ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ। ਖਿਡਾਰੀਆਂ ਲਈ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੀ ਵੱਧ ਤੋਂ ਵੱਧ ਉਮਰ ਹੱਦ ਵਧਾਈ ਗਈ। ਇਸ ਦੇ ਨਾਲ ਹੀ 2012 ਓਲੰਪਿਕਸ ਤੋਂ ਪਹਿਲਾਂ ਦੇ ਮੁਕਾਬਲਿਆਂ ਦੇ ਪ੍ਰਤੀਭਾਗੀ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਲਈ ਯੋਗ ਹੋਣਗੇ। ਪੰਜਾਬ ਹੋਮਗਾਰਡਸ ਤੇ ਸਿਵਲ ਡਿਫੈਂਸ ਡਿਪਾਰਟਮੈਂਟ ਵਿੱਚ 14 ਖਾਲੀ ਪਈਆਂ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਗਈ। ਜਗਤਾਰ ਪੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ, ਵਿਧਾਨ ਸਭਾ ਇਜਲਾਸ ਨੂੰ ਲੈ ਕੇ ਚਰਚਾ ਹੋਈ। GST ਬਿੱਲ ਇਸ ਵਾਰ ਖਾਸ ਹੋਏਗਾ, ਕਿਉਂਕਿ ਹਾਲਾਂਕਿ ਰਸਮੀ ਇੱਕ ਪਾਸ ਹੋਣਾ ਹੀ ਬਾਕੀ ਹੈ, ਜਿਸ ਤਰ੍ਹਾਂ ਨਾਲ ਬਾਕੀ ਵਿਧਾਨ ਸਭਾ ਦੇ ਵਿੱਚ ਵੀ ਪਾਸ ਹੋ ਰਿਹਾ, ਪਰ ਪੰਜਾਬ ਦੇ ਵਿੱਚ ਵੀ ਪਾਸ ਹੋਣਾ ਜ਼ਰੂਰੀ ਹੋਏਗਾ। ਇਸ ਵਿਚਾਲੇ ਕਈ ਯੋਜਨਾਵਾਂ ਦੀ ਵੀ ਗੱਲ ਹੈ, ਕਿਉਂਕਿ ਚੋਣ ਵਾਰ ਆਏ। ਬਿਲਕੁਲ, ਹਾਲਾਂਕਿ GST ਬਿੱਲ ਸਭ ਤੋਂ ਅਹਿਮ ਕਿਹਾ ਜਾ ਰਿਹਾ, ਕਿਉਂਕਿ ਜੋ ਇਹ ਸਰਕਾਰ ਨੇ ਪਾਸ ਕਰ ਦਿੱਤਾ ਤੇ ਸੂਬਿਆਂ ਦੀ ਸਰਕਾਰਾਂ ਵੱਲੋਂ ਪਾਸ ਹੋਣਾ ਜ਼ਰੂਰੀ ਹੈ, ਮੋਹਰ ਲਾਉਣੀ ਜ਼ਰੂਰੀ ਹੈ। ਹਿਮਾਚਲ ਸਰਕਾਰ ਨੇ ਪਹਿਲਾਂ ਕਰ ਦਿੱਤੀ ਹੈ, ਹਰਿਆਣਾ ਸਰਕਾਰ ਵੀ ਅੱਜ ਕਰ ਚੁੱਕੀ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ। ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦੀ। ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਹੋਏਗਾ, ਇਸ ਨੂੰ ਲਿਆ ਕੇ ਸਿਆਸਤ ਨੇ ਇੱਕ ਵਾਰ ਮੁੜ ਤੋਂ ਜ਼ੋਰ ਫੜ ਲਿਆ। ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਸਿੱਧੂ ਅਖੀਰ ਦੇ ਵਿੱਚ ਕਾਂਗਰਸ ਦੇ ਵਿੱਚ ਹੀ ਸ਼ਾਮਲ ਹੋਣਗੇ, ਜਦਕਿ ਨਵਜੋਤ ਕੌਰ ਸਿੱਧੂ ਵੇਰਕਾ ਦੇ ਇਸ ਬਿਆਨ ਤੋਂ ਇਤਫਾਕ ਨਹੀਂ ਰੱਖਦੇ। ਉਦੋਂ ਨਵਜੋਤ ਕੌਰ ਸਿੱਧੂ ਦੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਸੁਰ ਬਦਲੇ ਬਦਲੇ ਨਜ਼ਰ ਆ ਰਹੇ ਨੇ। ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਦੀ ਸਿਆਸਤ ਨੇ ਕਈ ਰੰਗ ਬਦਲੇ। ਸੁੱਚਾ ਸਿੰਘ ਛੋਟੇਪੁਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਹੋਈ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਦੇ ਸੁਰ ਬਦਲੇ। ਕਾਂਗਰਸ ਹੁਣ ਨਵਜੋਤ ਸਿੰਘ ਸਿੱਧੂ ਨੂੰ ਪੁਰਾਣਾ ਕਾਂਗਰਸੀ ਦੱਸਦੇ ਹੋਏ ਪਾਰਟੀ ਵਿੱਚ ਸ਼ਾਮਲ ਕਰਵਾਉਣ ਦਾ ਦਾਅਵਾ ਕਰ ਰਹੀ ਹੈ। ਉਧਰ ਨਵਜੋਤ ਕੌਰ ਸਿੱਧੂ ਕਾਂਗਰਸ ਦੇ ਇਸ ਬਿਆਨ ਤੇ ਤੰਜ ਕੱਸ ਰਹੇ ਨੇ। ਪਾਰਟੀ ਦਾ ਨਵਜੋਤ ਸਿੱਧੂ ਇੱਕ ਬਲੱਡ ਆ, ਕਾਂਗਰਸ ਪਾਰਟੀ ਨਾਲ ਉਹਦੇ ਪਰਿਵਾਰ ਦਾ ਇੱਕ ਲੰਬਾ ਰਿਸ਼ਤਾ ਰਿਹਾ ਹੈ ਔਰ ਮੈਂ ਇਹ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਹੀ ਉਹਨਾਂ ਦਾ ਗੁਜ਼ਾਰਾ ਹੈ, ਕਾਂਗਰਸ ਪਾਰਟੀ 'ਚ ਹੀ ਉਹਨਾਂ ਨੂੰ ਆਉਣਾ ਚਾਹੀਦਾ ਹੈ। ਅਗਰ ਜੇ ਉਹਦੀ ਫੈਮਿਲੀ ਨੂੰ ਇਸ ਗੱਲ ਦੇ ਵਿੱਚ ਕੋਈ ਇਤਰਾਜ਼ ਹੈ ਤਾਂ ਮੈਂ ਕਹਿ ਨਹੀਂ ਸਕਦਾ, ਲੇਕਿਨ ਮੈਨੂੰ ਪੂਰਾ ਅੱਜ ਵੀ ਭਰੋਸਾ ਹੈ ਨਵਜੋਤ ਸਿੱਧੂ ਕਾਂਗਰਸ ਦਾ ਬਲੱਡ ਆ, ਕਾਂਗਰਸ 'ਚ ਹੀ ਆਏਗਾ। ਜੀ ਰਾਜਕੁਮਾਰ ਜੀ ਕਹਿ ਰਹੇ ਹੈ ਅਸੀਂ ਤਾਂ ਉਹਨੂੰ ਮਿਲੇ ਨਹੀਂ, ਜੇ ਉਹਨਾਂ ਨੂੰ ਸੁਪਨੇ 'ਚ ਆਇਆ ਹੋਵੇ ਵੀ ਅਸੀਂ ਕਿਸੇ ਨੂੰ ਮਿਲੇ ਹਾਂ ਤਾਂ ਸੁਪਨਾ ਉਹੀ ਕਲੀਅਰ ਕਰਨ, ਪਰ ਆਈ ਐਮ ਨੋਟ ਅ ਪਾਰਟੀ ਟੂ ਇਟ, ਆਈ ਡੋਂਟ ਨੋ ਕਿ ਆਪਸ਼ਨ ਕੀ ਹੈ। ਮੈਂ ਕਿਹਾ ਸੀਗਾ ਕਿ ਆਪਸ਼ਨ, ਕਿਉਂਕਿ ਕਾਂਗਰਸ ਦਾ ਲੀਡਰ ਜਿਹੜਾ ਕਿ ਅਮਰਿੰਦਰ ਸਿੰਘ ਹੈ ਉਹ ਐਜ਼ ਗਿਲਟੀ ਹੈ ਐਜ਼ ਕੋਈ ਹੋਰ ਬੰਦਾ ਹੈ।
ਉਧਰ ਨਵਜੋਤ ਕੌਰ ਸਿੱਧੂ ਦੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਸੁਰਾਂ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਅਰਵਿੰਦ ਕੇਜਰੀਵਾਲ ਦੀ ਤਾਰੀਫ ਨਹੀਂ ਕੀਤੀ, ਬਲਕਿ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਹੱਲਾ ਕਲੀਨਿਕ ਦੀ ਸ਼ਲਾਘਾ ਕੀਤੀ ਹੈ। ਉਧਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਭਗਵੰਤ ਮਾਨ ਤੇ ਸਿੱਧੂ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਦਾ ਸਿਆਸਤ ਵਿੱਚ ਕੱਦ ਕਾਫੀ ਵੱਡਾ ਹੈ, ਇਸ ਲਈ ਹਰ ਕੋਈ ਉਹਨਾਂ ਦੇ ਸਿਆਸੀ ਕੱਦ ਨੂੰ ਲੈ ਕੇ ਪਰੇਸ਼ਾਨ ਹੁੰਦਾ ਹੈ। ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਕੇਜਰੀਵਾਲ ਨੂੰ ਨਹੀਂ ਜਾਣਦੀ, ਮੈਂ ਉਹਦਾ ਕਦੇ ਕੰਮ ਨਹੀਂ ਦੇਖਿਆ, ਮੈਂ ਕੰਮ ਨੂੰ ਤਾਰੀਫ ਕਰਦੀ ਹਾਂ, ਮੈਂ ਮੁਹੱਲਾ ਕਲੀਨਿਕ, ਮੈਂ ਹੈਲਥ, ਦੁਬਾਰਾ ਤੁਸੀਂ ਵਾਪਸ ਚਲੇ ਜਾਓ, ਮੈਂ ਹਮੇਸ਼ਾ ਕਿਤੇ ਵੀ ਸੋਸ਼ਲ ਇਸ਼ੂ ਨੂੰ ਕਰਦੀ ਹਾਂ। ਪਹਿਲਾਂ ਕਿਹਾ ਇਰਰਿਸਪੈਕਟਿਵ ਆਫ ਪੋਲੀਟੀਕਲ ਪਾਰਟੀ, ਮੇਰੀ ਪਾਰਟੀ ਚੰਗਾ ਕੰਮ ਕਰਦੀ ਹੈ ਮੈਂ ਉਹਨੂੰ ਚੰਗਾ ਕਹਿੰਦੀ ਹਾਂ। ਮੁਹੱਲਾ ਕਲੀਨਿਕ ਉਹ ਸੀ ਜੋ ਮੇਰੀ ਵਿਜ਼ਨ ਸੀ। ਬਹੁਤ ਸਾਰੇ ਲੋਕਾਂ ਨੂੰ ਪੰਜਾਬ 'ਚ ਇਨਸਿਕਿਉਰਿਟੀ ਹੈ ਨਵਜੋਤ ਸਿੰਘ ਸਿੱਧੂ ਤੋਂ, ਪਰ ਉਹ ਇਹ ਸੋਚਦੇ ਨਹੀਂ ਕਿ ਜਿਹੜਾ ਲੋਕਾਂ ਦਾ ਪਿਆਰ ਹੈ ਉਹ ਲੋਕਾਂ ਦਾ ਪਿਆਰ ਜਾਂ ਲੋਕਾਂ ਨੂੰ, ਜੇ ਅੱਜ ਪੰਜਾਬ ਦੇ ਲੋਕ ਉਹਨੂੰ ਯਾਦ ਕਰ ਰਹੇ ਹੈ ਤਾਂ ਕੋਈ ਨਾ ਕੋਈ ਰੀਜ਼ਨ ਹੈ ਵੀ ਉਹਨੂੰ ਯਾਦ ਕਰ ਰਹੇ ਹੈ, ਉਹਦੀ ਇਮਾਨਦਾਰੀ, ਉਹਦੀ ਕੰਮ ਕਰਨ ਦੀ ਕੈਪੈਸਿਟੀ, ਕਿ ਪੰਜਾਬ ਨੂੰ ਅੱਜ ਦੇ ਸਮੇਂ 'ਚ ਲੋੜ ਹੈ ਕਿ ਇਮਾਨਦਾਰ ਤੇ ਜੁਝਾਰੂ ਨੇਤਾ ਦੀ, ਜਿਹੜਾ ਨਿਡਰ ਹੋਵੇ। ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫਾ ਦਿੱਤਾ ਪਰ ਬੀਜੇਪੀ ਦੀ ਮੈਂਬਰਸ਼ਿਪ ਤੋਂ ਨਹੀਂ। ਉਸ ਤੋਂ ਬਾਅਦ ਸਿੱਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਆਮ ਆਦਮੀ ਪਾਰਟੀ ਅਤੇ ਸਿੱਧੂ ਵਿਚਾਲੇ ਗੱਲਬਾਤ ਟੁੱਟਣ ਦੀਆਂ ਖਬਰਾਂ ਵੀ ਆਈਆਂ। ਸਿੱਧੂ ਨੂੰ ਲੈ ਕੇ ਲਗਾਤਾਰ ਕਾਂਗਰਸ ਨੇ ਵੀ ਆਪਣਾ ਸਟੈਂਡ ਬਦਲਿਆ, ਪਹਿਲਾਂ ਸਖ਼ਤ ਤੇ ਹੁਣ ਨਰਮ। ਇਸ ਵਿਚਾਲੇ ਸਭ ਤੋਂ ਵੱਡਾ ਸਵਾਲ ਜੋ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਇਨਿੰਗ ਨੂੰ ਲੈ ਕੇ ਹੁਣ ਵੀ ਬਣਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਆਪ ਖਾਮੋਸ਼ ਨਹੀਂ, ਪਰ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਬਿਆਨ ਪੰਜਾਬ ਦੀ ਸਿਆਸਤ ਨੂੰ ਜ਼ਰੂਰ ਗਰਮਾ ਦਿੰਦੇ ਨੇ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਨਵਜੋਤ ਸਿੰਘ ਸਿੱਧੂ ਦੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਾਲੇ ਤੱਕ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਕਿਸੇ ਪਾਰਟੀ ਦੇ ਵਿੱਚ ਜਾਣਗੇ ਜਾਂ ਫਿਰ ਆਜ਼ਾਦ ਤੌਰ ਤੇ ਲੜਨਗੇ, ਇਹ ਹਜੇ ਤੱਕ ਸਪਸ਼ਟ ਨਹੀਂ ਕੀਤਾ ਹੈ। ਪਰ ਇੰਨਾ ਜ਼ਰੂਰ ਹੈ ਗੌਰਵ ਕਿ ਕਾਂਗਰਸ ਵੱਲੋਂ ਲਗਾਤਾਰ ਜੋ ਹੈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ, ਪਰ ਡਾਕਟਰ ਸਿੱਧੂ ਦੇ ਬਿਆਨ ਜੋ ਹੈ ਉਸ ਤੋਂ ਬਿਲਕੁਲ ਵੱਖਰੇ ਨਜ਼ਰ ਆ ਰਿਹਾ। ਜੀ ਬਿਲਕੁਲ, ਇਸ ਵਿੱਚ ਇਹ ਵੀ ਹੈ ਕਿ ਕਾਂਗਰਸ 10 ਸਾਲ ਤੋਂ ਸੱਤਾ ਤੋਂ ਦੂਰ ਹੈ, 2007 ਤੇ 12 ਦੇ ਵਿੱਚ ਹਾਰ ਚੱਲ ਚੁੱਕੀ ਹੈ ਤੇ ਹੁਣ ਕਾਂਗਰਸ ਜਾਣਦੀ ਹੈ ਕਿ ਕੁੰਬੇ ਨੂੰ ਵਧਾਇਆ ਜਾਵੇ ਤੇ ਇਸ ਵਾਰ ਕੋਈ ਵੀ ਕਸਰ ਬਾਕੀ ਛੱਡਣਾ ਨਹੀਂ ਚਾਹੁੰਦੀ। ਪਰ ਨਵਜੋਤ ਸਿੰਘ ਸਿੱਧੂ ਦਾ ਸਟੈਪ ਕੀ ਹੋਏਗਾ, ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ। ਅੱਗੇ ਵੱਧਦੇ ਹੁਣ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ। ਜੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਸੁੱਚਾ ਸਿੰਘ ਛੋਟੇ ਪਰ ਵਿਵਾਦ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਆਮ ਆਦਮੀ ਪਾਰਟੀ ਨੂੰ ਹੋ ਰਹੀ ਫੰਡਿੰਗ ਦੀ ਜਾਂਚ ਦੀ ਮੰਗ ਕੀਤੀ ਹੈ। ਸੁੱਚਾ ਸਿੰਘ ਛੋਟੇਪੁਰ ਵੱਲੋਂ ਆਮ ਆਦਮੀ ਪਾਰਟੀ ਦੀ ਫੰਡਿੰਗ ਨੂੰ ਲੈ ਕੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਫੰਡਿੰਗ ਦੇ ਮਾਮਲੇ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਅਤੇ ਮੰਗ ਕੀਤੀ ਹੈ ਕਿ ਫੰਡਿੰਗ ਦੀ ਜਾਂਚ ਕਰਵਾਈ ਜਾਏ। ਉਹਨਾਂ ਚਿੱਠੀ ਵਿੱਚ ਲਿਖਿਆ ਕਿ ਆਪ ਨੂੰ ਵਿਦੇਸ਼ਾਂ ਵਿੱਚ ਬੈਠੇ ਗਰਮਖਿਆਲੀ ਲੋਕ ਫੰਡਿੰਗ ਕਰ ਰਹੇ ਨੇ ਜਿਨ੍ਹਾਂ ਦਾ ਮਕਸਦ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਹੈ। ਉਹਨਾਂ ਲਿਖਿਆ ਕਿ ਜੇਕਰ ਫੰਡਿੰਗ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਬੇਅਦਬੀ ਮਾਮਲਿਆਂ ਦੇ ਮੁਤਲਕ ਖੁਲਾਸਾ ਵੀ ਹੋ ਸਕਦਾ ਹੈ। ਉਪ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਸ ਮੰਗ ਨੂੰ ਅਕਾਲੀ ਦਲ ਤੇ ਬੀਜੇਪੀ ਨੇ ਸਹੀ ਕਰਾਰ ਦਿੱਤਾ ਹੈ ਅਤੇ ਉਹਨਾਂ ਕਿਹਾ ਕਿ ਆਪ ਨੂੰ ਵਿਦੇਸ਼ਾਂ ਵਿੱਚ ਬੈਠੇ ਗਰਮਖਿਆਲੀਆਂ ਵੱਲੋਂ ਫੰਡਿੰਗ ਹੋ ਰਹੀ ਹੈ ਅਤੇ ਇਸ ਲਈ ਇਸ ਦੀ ਜਾਂਚ ਜ਼ਰੂਰੀ ਹੈ। ਕਿ ਜੋ ਇਨਕੇ ਫੰਡਿੰਗ ਹੈ ਉਹ ਬਾਹਰ ਸੇ ਹੋ ਰਹੀ ਹੈ। ਅਬ ਜੋ ਬਾਹਰ ਸੇ ਫੰਡਿੰਗ ਹੋਤੀ ਹੈ ਉਸਕੇ ਸੋਰਸਿਸ ਕਾ ਪਤਾ ਹੋਣਾ ਚਾਹੀਏ ਹਮੇਸ਼ਾ ਹੀ, ਔਰ ਡਿਕਲੇਅਰ ਕਰਨੇ ਪੜਤੇ ਹੈ। ਲੇਕਿਨ ਇਤਨਾ ਤੋ ਜ਼ਰੂਰੀ ਹੈ ਕਿ ਉਹ ਫੰਡਿੰਗ ਆਈ ਕਹਾਂ ਸੇ, ਕੌਣ ਸੇ ਲੋਕ ਹੈ ਜਿਨ੍ਹਾਂ ਨੇ ਫੰਡਿੰਗ ਦੀ ਹੈ। ਫੰਡਿੰਗ ਬਾਹਰੋਂ ਮੰਗਵਾਈ ਹੈ ਔਰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈਗਾ, ਔਰ ਕਿਸੇ ਹੋਰ ਸਾਧਨਾਂ ਰਾਹੀਂ ਮੰਗਵਾਈ ਹੈ, ਔਰ ਉਹ ਉਹਨਾਂ ਦੇ ਆਪਣੇ ਵਿਅਕਤੀ ਕਹਿ ਰਹੇ ਆ। ਤੋ ਮੇਰੇ ਖਿਆਲ ਦੇ ਵਿੱਚ ਜਿਹੜੀ ਉਹਨਾਂ ਨੇ ਮਾਨਯੋਗ ਰਾਜਨਾਥ ਸਿੰਘ ਜੀ ਨੂੰ ਹੋਮ ਮਿਨਿਸਟਰ ਨੂੰ ਦਿੱਤੀ ਹੈ ਔਰ ਇਹਦੀ ਜਾਂਚ ਹੋਏਗੀ। ਉਧਰ ਕਾਂਗਰਸ ਅਤੇ ਕਦੇ ਆਮ ਆਦਮੀ ਪਾਰਟੀ ਦਾ ਮੈਂਬਰ ਰਹੇ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਵੀ ਇਸ ਮਾਮਲੇ ਤੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਘੇਰਿਆ ਗਿਆ। ਉਹਨਾਂ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਕੇਂਦਰ ਸਰਕਾਰ ਨੂੰ ਖੁਦ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਕਿ ਜੇ ਉਹ ਫੰਡਿੰਗ ਹੋਈ ਆ, ਉਹ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ, ਮੈਂ ਸਮਝਣਾ ਕਿ ਇਹਦੇ ਤੇ ਮੈਂ ਜ਼ਿਆਦਾ ਸਿਆਸਤ ਨਾ ਕਰਾਂ ਤੇ ਮੈਂ ਕਹਾਂਗਾ ਕਿ ਦੇਰ ਆਏ ਦਰੁਸਤ ਆਏ, ਇਮੀਡੀਏਟ ਐਕਸ਼ਨ ਕਰੋ, ਇਮੀਡੀਏਟ ਏਜੰਸੀਆਂ ਨੂੰ ਕਹੋ ਕਿ ਇਹਨੂੰ ਫਸਟ ਟਰੈਕ ਦੇ ਉੱਪਰ ਲੈਣ ਔਰ ਇਹ ਤੇ ਕਾਰਵਾਈ ਕਰਨ। ਇਹ ਲੋਕਾਂ ਨੂੰ ਨਿਰਾਸ਼ਾ ਕਰਨ ਵਾਲੀ ਗੱਲ ਆ, ਇਹਦੀ ਇਨਕੁਆਇਰੀ ਹੋ ਕੇ ਜੇ ਹੈ ਤਾਂ ਜੋ ਵੀ ਜੋ ਹੋਇਆ ਉਹਦਾ ਦੁੱਧ ਤੇ ਪਾਣੀ ਅਲੱਗ ਹੋਣਾ ਚਾਹੀਦਾ ਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਕਿ ਆਪ SGPC ਦਾ ਚਾਰਜ ਗਰਮਖਿਆਲੀ ਲੋਕਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ
लंडन विच खालिस्तानी फंक्शन नूं संबोधन कर चुके ने। सुखबीर सिंह बादल ने दस्या कि ओह इस संबंधी देश दे राष्ट्रीय सुरक्षा सलाहकार अजीत डोवाल नूं पहला ही जाणू करवा चुके ने। चंडीगढ़ तों जगतार भुल्लर दे नाल राजन गुसाई, जी मीडिया अमृतसर। तो फंडिंग नूं लैके विरोधी सवाल चुकन उस तो पहला आम आदमी पार्टी दे अपने ही सवाल चुक रहे ने। सुचा सिंह छोटेपुर ने भी सवाल चुके ने, उन्होंने टिकट वंड नूं लैके भी सवाल चुके। इस विचाले जो फंडिंग है एक वड्डा इशू बन चुकिया ते फंडिंग नूं लैके कैप्टन अमरिंदर सिंह भी सवाल चुक चुके ने। इस विचाले हुण केंद्र दे कोल सिफारिश की गई है जांच की, केंद्र किस तरह दे नाल जांच करदा, की कुछ इस पूरे मामले च सामने आउंदा, साडी नजर बनी रहेगी। बिल्कुल, ते जिवें ही सुचा सिंह छोटेपुर दे वल्लों भी बयान आया कि फंडिंग नूं लैके या फिर टिकटां दी वंड नूं लैके, तां उसे वेले ही उप मुख्यमंत्री ने कहा सी कि सुचा सिंह छोटेपुर लिखित शिकायत दे देणगे गौरव, तां उप मुख्यमंत्री भी इस दी जांच करवाउणगे, तां इस नूं असीं इसदा ही अगला कदम कह सकदे हां। हुण अगे वधदे हां ते गल करदे हां आम आदमी पार्टी दे विच चल रहे काटो कलेश दी। आम आदमी पार्टी की खैबाजी दी खबरां नित दिन सुरखियां बन रही ने। सीनियर लीडरशिप दे नाल नाल पार्टी दे वलंटियर्स ने भी आला कमान दे खिलाफ बागी रोख अख्तियार कर लिया जापता है, जिसकी झलक नवा शहर दे विच देखण नूं मिले। हालांकि पार्टी इस नूं विरोधियों की साजिश दस रही है। आम आदमी पार्टी की अंदरूनी खानाजंगी हुण सड़कां ते है। सुचा सिंह छोटेपुर विवाद तो बाद वलंटियर इक तो बाद इक इल्जाम लगा रहे ने ते रोस मुजहरे कर रहे ने। नवा शहर च मीडिया नूं मुखातिब होए वलंटियर ने हुण दिल्ली कमेटी के घोटाले के इल्जाम लाए ने। इन्हां दा इल्जाम है कि परिवार जोड़ो मुहिम च इस्तेमाल किए गए स्पीकरां नूं वध मुल ते वलंटियर नूं बेचा गया। इस दौरान आप दे एकेडी इंचार्ज गुरमेल सिंह मुताबिक पार्टी ने ताकीद की सी कि परिवार जोड़ो मुहिम तहत परचार लई स्पीकर कमेटी तों खरीदन, जिसकी कीमत 5,000 रखी गई, जबकि उसकी बाजार कीमत 1,600 रुपए है। इन्हां ने इस च 30 लाख के घोटाले दोष लाए ने। वलंटियर का इल्जाम है कि आपदा दान नामक ऐप बना के पैसा इकट्ठा किया गया। नाल ही वलंटियर इस गलों भी खफा ने कि रैलियां च भीड़ इकट्ठी करने लई बुलाईयां बसां दे बिलां दी अदायगी भी नहीं हुई। आम आदमी पार्टी परिवार जोड़ो वास्ते पूरे पंजाब दे विच इस पार्टी की जिनी भी 52 मैंबरी कमेटी टीम लगी, उन्होंने पंजाब के वर्करां नूं लुटण वास्ते एक स्पीकर अपनी पार्टी वालों देने का फैसला किया। हर पासे पे 5,000 का रेट है स्पीकर दिता गया, जिहदी कोई रसीद नहीं दिती गई। जिहड़ी ऐप बनाई सी उस दे संबंध विच मैं दसना चाहुंदा हां कि इह भी लोकां दीआं अक्खां दे विच घट्टा पाउण वास्ते ही आम आदमी पार्टी ने ऐप बनाई। उधर आम आदमी पार्टी के सैक्टर इंचार्ज इन्हां इल्जामां नूं निराधार दस रहे ने। उन्हां दा कहना है कि विरोधियों की साजिश है। यह इल्जाम जिहड़े है पूरे झूठ का पलंदा है, राजनीति तो प्रेरित है और पार्टी नूं सरासर बदनाम करन दी जिहड़ी है इक है। ਵੱਖਰੀ ਸਿਆਸਤ ਦਾ ਹੋਕਾ ਦੇ ਕੇ ਸਿਆਸੀ ਪਿੜ ਚ ਨੇਤਰੀ ਆਮ ਆਦਮੀ ਪਾਰਟੀ ਨੂੰ ਹੁਣ ਵੱਖਰੀ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਕੱਲ ਤੱਕ ਜੋ ਪਾਰਟੀ ਦਾ ਝੰਡਾ ਫੜ ਕੇ ਚੱਲ ਰਹੇ ਸਨ, ਉਹਨਾਂ ਨੇ ਹੁਣ ਵਿਰੋਧ ਦਾ ਝੰਡਾ ਫੜ ਲਿਆ। ਨਿਊਜ਼ ਰਿਪੋਰਟ, ਜ਼ੀ ਮੀਡੀਆ, ਨਮਸਕਾਰ। ਤਾਂ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਦੇ ਵਿੱਚ ਲੜਾਈ ਵਿਰੋਧੀਆਂ ਨਾਲੋਂ ਜ਼ਿਆਦਾ ਜੋ ਹੈ ਅੰਦਰੂਨੀ ਲੜਾਈ ਹੋ ਚੁੱਕੀ ਹੈ, ਕਿਉਂਕਿ ਵਲੰਟੀਅਰਸ ਵੀ ਨੇ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ। ਪਰ ਸਭ ਤੋਂ ਵੱਡਾ ਸਵਾਲ ਕਿ ਆਮ ਆਦਮੀ ਪਾਰਟੀ ਦੀ ਫੰਡਿੰਗ ਨੂੰ ਲੈ ਕੇ ਇਹ ਕਿ ਪੈਸਾ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ, ਇਹ ਸਵਾਲ ਜੋ ਹੈ ਵਲੰਟੀਅਰਸ ਵੀ ਹੁਣ ਗੌਰਵ ਚੁੱਕ ਰਹੇ ਨੇ। ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਅਕਾਊਂਟ ਨਹੀਂ ਹੈ। ਜੀ ਬਿਲਕੁਲ, ਕੈਡਰ ਕਿਸੇ ਵੀ ਪਾਰਟੀ ਦੀ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਹੁੰਦਾ ਹੈ, ਅਤੇ ਜਿਹੜੇ ਵਰਕਰ ਜਦੋਂ ਪਾਰਟੀ ਦੇ ਖਿਲਾਫ ਖੜੇ ਹੋ ਜਾਣ ਤਾਂ ਫਿਰ ਪਾਰਟੀ ਕਿਸ ਤਰ੍ਹਾਂ ਨਾਲ ਅੱਗੇ ਵਧੇਗੀ ਵੱਡਾ ਸਵਾਲ ਹੈ। ਪਰ ਖੈਰ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿੱਚ ਲੱਗੀ ਆਮ ਆਦਮੀ ਪਾਰਟੀ ਦੇ ਸਾਹਮਣੇ ਬਹੁਤ ਵੱਡਾ ਸਵਾਲ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਘਟਨਾਕ੍ਰਮ 'ਚੋਂ ਬਾਹਰ ਨਿਕਲਿਆ ਜਾਵੇ। ਅੱਗੇ ਵੱਧਦੇ ਹਾਂ ਅਤੇ ਇਸੇ ਤਰ੍ਹਾਂ ਜਿਹੜੀ ਬਗਾਵਤ ਦੀਆਂ ਤਸਵੀਰਾਂ ਨੇ ਉਹ ਗੁਰਦਾਸਪੁਰ ਤੋਂ ਵੀ ਸਾਹਮਣੇ ਆਈਆਂ ਨੇ। ਜੀ ਹਾਂ, ਛੋਟੇਪੁਰ ਨੂੰ ਕਨਵੀਨਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ। ਗੁਰਦਾਸਪੁਰ ਦੇ ਕਲਾ ਨੌਰ ਦੇ ਵਿੱਚ ਪਾਰਟੀ ਵਰਕਰਾਂ ਨੇ ਛੋਟੇਪੁਰ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ। ਸੁੱਚਾ ਸਿੰਘ ਛੋਟੇਪੁਰ ਦੀ ਕਨਵੀਨਰ ਵਜੋਂ ਬਰਖਾਸਤਗੀ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਅੰਦਰੂਨੀ ਜੰਗ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿੱਚ ਛੋਟੇਪੁਰ ਦੇ ਹੱਕ ਵਿੱਚ ਮਾਰਚ ਕੱਢੇ ਜਾ ਰਹੇ ਨੇ। ਅਰਵਿੰਦ ਕੇਜਰੀਵਾਲ ਲਈ ਜੈਕਾਰੇ ਲਾਉਣ ਵਾਲੇ ਪਾਰਟੀ ਦੇ ਵਰਕਰਾਂ ਵੱਲੋਂ ਹੁਣ ਉਹਨਾਂ ਦੇ ਹੀ ਪੋਸਟਰ ਪਾੜੇ ਜਾ ਰਹੇ ਨੇ। ਪੋਸਟਰਾਂ ਨੂੰ ਅੱਗ ਲਾਈ ਜਾ ਰਹੀ ਹੈ ਅਤੇ ਪੁਤਲੇ ਫੂਕੇ ਜਾ ਰਹੇ ਨੇ। ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਅਤੇ ਆਗੂਆਂ ਦਾ ਗੁੱਸਾ ਕੇਜਰੀਵਾਲ ਤੇ ਫੁੱਟਿਆ। ਇਨ੍ਹਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਛੋਟੇਪੁਰ ਨੂੰ ਮੁੜ ਕਮਾਨ ਨਹੀਂ ਸੰਭਾਲੀ ਜਾਂਦੀ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਇਹ
ਕਾਂਗਰਸ ਪਾਰਟੀ ਨੇ ਉਹਨਾਂ ਦੇ ਨਾਲ ਧੋਖਾ ਕੀਤਾ, ਬਹੁਤ ਮਾੜਾ ਕੀਤਾ। ਅਸੀਂ ਜਿੰਨੇ ਵੀ ਵਰਕਰ ਆ, ਅਸੀਂ ਸਿਰਫ ਛੋਟੇਪੁਰ ਦੇ ਨਾਲ ਆ, ਅਸੀਂ ਕੇਜਰੀਵਾਲ ਦੇ ਨਹੀਂ, ਪੰਜਾਬ ਕੇਜਰੀਵਾਲ ਦਾ ਨਹੀਂ ਆ। ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਛੋਟੇਪੁਰ ਸਾਹਿਬ ਪੰਜਾਬ ਦੀ ਕਮਾਂਡ ਜਿਹੜੀ ਆ ਉਹ ਸੰਭਾਲ ਲੈ ਲੈਂਦੇ। ਪੰਜਾਬ ਦੇ ਕਈ ਕੋਨਿਆਂ ਵਿੱਚੋਂ ਛੋਟੇਪੁਰ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ ਅਤੇ ਖਾਸ ਕਰਕੇ ਉਹਨਾਂ ਦੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਪਾਰਟੀ ਹਾਈਕਮਾਨ ਵੱਲੋਂ ਛੋਟੇਪੁਰ ਖਿਲਾਫ ਕੀਤੀ ਕਾਰਵਾਈ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਇੱਕ ਵਿਵਾਦਿਤ ਸਟਿੰਗ ਤੋਂ ਬਾਅਦ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਪਰ ਉਹ ਪਾਰਟੀ ਵਿੱਚ ਅਜੇ ਵੀ ਬਣੇ ਹੋਏ ਨੇ। ਅਜੇ ਮਹਾਜਨ, ਜ਼ੀ ਮੀਡੀਆ, ਗੁਰਦਾਸਪੁਰ। ਤਾਂ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਕੈਡਰ ਹਰ ਪਾਰਟੀ ਨੂੰ ਮਜ਼ਬੂਤ ਕਰਦਾ ਹੈ, ਪਰ ਜੇਕਰ ਵਰਕਰ ਇਸ ਤਰ੍ਹਾਂ ਦੇ ਨਾਲ ਆਵਾਜ਼ ਚੁੱਕਣਗੇ ਤਾਂ ਆਮ ਆਦਮੀ ਪਾਰਟੀ ਅੱਗੇ ਕਿਵੇਂ ਵਧੇਗੀ, ਇੱਕ ਵੱਡਾ ਸਵਾਲ ਹੈ। ਇਸ ਵਿਚਾਲੇ ਸਟਿੰਗ ਨੂੰ ਲੈ ਕੇ ਵੀ ਚਰਚਾ ਖੂਬ ਹੋ ਰਹੀ ਹੈ ਕਿ ਉਸ ਸਟਿੰਗ ਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ, ਜਿਸ ਨੂੰ ਆਧਾਰ ਬਣਾ ਕੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕੀਤਾ ਹੈ। ਬਿਲਕੁਲ, ਅਤੇ ਜਿਸ ਤਰ੍ਹਾਂ ਤਸਵੀਰਾਂ ਜੋ ਹੈ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਦੀ ਆ ਰਹੀਆਂ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਇੱਕ ਧੜਾ ਪੰਜਾਬ ਦੇ ਵਿੱਚ ਅਜਿਹਾ ਵੀ ਹੈ ਜੋ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਹੈ। ਪਰ ਸੁੱਚਾ ਸਿੰਘ ਛੋਟੇਪੁਰ ਇਸ 'ਤੇ ਕੀ ਫੈਸਲਾ ਲੈਣਗੇ, ਇਸ ਦੇ ਲਈ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਉਹ ਵਾਰ-ਵਾਰ ਸਪਸ਼ਟ ਕਰ ਰਹੇ ਨੇ ਕਿ ਉਹ ਲੋਕਾਂ ਨੂੰ ਮਿਲਣਗੇ ਅਤੇ ਵਲੰਟੀਅਰਸ ਦੇ ਨਾਲ ਗੱਲਬਾਤ ਕਰਕੇ ਹੀ ਕੋਈ ਫੈਸਲਾ ਲੈਣਗੇ। ਹੁਣ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ 2017 ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀਆਂ ਕੀ ਕੁਝ ਤਿਆਰੀਆਂ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਬਾਅਦ ਕਾਂਗਰਸ ਪਾਰਟੀ ਨੇ ਵੀ ਹੁਣ ਗਾਣਾ ਲਾਂਚ ਕੀਤਾ, ਜਿਸ ਦਾ ਟਾਈਟਲ ਹੈ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਹੁਣ ਗਾਣਿਆਂ ਦੇ ਜ਼ਰੀਏ ਸਾਰੀਆਂ ਪਾਰਟੀਆਂ ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਮੈਸੇਜ ਦੇਣ ਵਾਸਤੇ ਹੈ, ਲੋਕਾਂ ਨੂੰ ਅਵੇਅਰ ਕਰਨ ਵਾਸਤੇ ਹੈ, ਹਰ ਤਰੀਕੇ ਦੇ ਨਾਲ, ਚਾਹੇ ਉਹ ਗਾਣਿਆਂ ਦੇ ਰੂਪ ਦੇ ਵਿੱਚ ਹੋਣ, ਕਵਿਤਾ ਦੇ ਰੂਪ ਦੇ ਵਿੱਚ ਹੋਣ, ਔਰ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਉਣ ਵਾਸਤੇ ਇਹ ਜਿਹੜੇ ਗਾਣੇ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ। ਬੜੀ ਜਲਦੀ ਇੱਕ ਹੋਰ ਗਾਣਾ ਜਿਹੜਾ ਹੈਗਾ ਉਹ ਬੋਲੀਵੁੱਡ ਦੇ ਸਟਾਰਾਂ ਦੇ ਨਾਲ ਕੀਤਾ ਜਾ ਰਿਹਾ, ਜਿਹਦੇ ਵਿੱਚ ਹੈ ਕਿ ਆ ਗਿਆ ਕੈਪਟਨ, ਛਾ ਗਿਆ ਕੈਪਟਨ। ਦੇਖੋ, ਉਹ ਤਾਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਵੀ ਇੱਕ ਪਾਸੇ ਕਾਰਟੂਨਾਂ ਦੀ ਪਾਰਟੀ ਹੈ, ਇੱਕ ਪਾਸੇ ਡਰਾਮੇਬਾਜ਼ਾਂ ਦੀ ਪਾਰਟੀ ਹੈ, ਅਤੇ ਇਹਨਾਂ ਨੇ ਤਾਂ ਹਾਂ ਕੁਛ ਹੀ ਕਰਨਾ ਹੈਗਾ, ਡਫਲੀ ਡੁਫਲੀ ਵਜਾਉਂਦੇ ਹੁੰਦੇ ਆ ਇਹ, ਉਹ ਡਫਲੀਆਂ ਡੁਫਲੀਆਂ ਇਹਨਾਂ ਨੇ ਵਜਾਈ ਜਾਣੀਆਂ ਦੱਪਾਂ 'ਚ। ਤਾਂ ਪਹਿਲਾਂ ਆਮ ਆਦਮੀ ਪਾਰਟੀ ਜੋ ਹੈ ਇੱਕ ਗਾਣਾ ਲੈ ਕੇ ਆਉਂਦੀ ਹੈ, ਅਤੇ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਵੀ ਇੱਕ ਜੋ ਹੈ ਗਾਣਾ ਲਾਂਚ ਕੀਤਾ ਗਿਆ, ਅਤੇ ਹੁਣ ਜੋ ਹੈ ਕਾਂਗਰਸ ਦੇ ਵੱਲੋਂ ਲਾਂਚ ਕੀਤਾ ਗਿਆ। ਪਰ ਗੌਰਵ, ਦੇਖਿਆ ਜੇ ਫਰਕ ਇੰਨਾ ਹੈ ਕਿ ਪਹਿਲਾਂ ਇੱਕ ਜੋ ਹੈ ਨੈਗੇਟਿਵਿਟੀ ਹੈ, ਇੱਕ ਜੋ ਮੁੱਦਾ ਸੀਗਾ ਪੰਜਾਬ ਦਾ ਉਸਨੂੰ ਲੈ ਕੇ ਗਾਣਾ ਬਣਾਇਆ ਸੀ, ਪਰ ਹੁਣ ਇਹ ਜੋ ਹੈ ਇੱਕ ਕਾਂਗਰਸ ਨੂੰ ਅਤੇ ਕੈਪਟਨ ਨੂੰ ਜੋ ਹੈ ਹਾਈਲਾਈਟ ਕਰਦਾ ਹੋਇਆ ਇਹ ਗਾਣਾ ਸਾਹਮਣੇ ਆ ਰਿਹਾ। ਜੀ ਬਿਲਕੁਲ, ਖਾਸ ਗੱਲ ਇਹ ਵੀ ਹੈ ਕਿ ਪੰਜਾਬੀ ਮਿਊਜ਼ਿਕ ਆਪਾਂ ਦੇਖੀਏ ਬਾਲੀਵੁੱਡ ਦੇ ਵਿੱਚ ਲੋਕਾਂ ਨੂੰ ਬਹੁਤ ਅਟਰੈਕਟ ਕਰ ਰਿਹਾ, ਹਰ ਪੰਜਾਬੀ ਮੂਵੀ 'ਚ ਤੁਹਾਨੂੰ ਇੱਕ ਇੱਕ ਦੋ ਦੋ ਪੰਜਾਬੀ ਗਾਣੇ ਨਜ਼ਰ ਆਉਂਦੇ ਹੋਣਗੇ, ਪਰ ਇਸ ਵਿਚਾਲੇ ਜਿਹੜੇ ਸਿਆਸਤਦਾਨ ਨੇ ਉਹ ਵੀ ਪੰਜਾਬੀ ਮਿਊਜ਼ਿਕ ਅਤੇ ਗਾਣਿਆਂ ਦੇ ਜ਼ਰੀਏ ਹੀ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਖੈਰ, ਦਿਲਚਸਪ ਹੋਏਗਾ ਅਤੇ ਐਂਟਰਟੇਨਿੰਗ ਵੀ ਇਲੈਕਸ਼ਨ ਹੁਣ ਇਹ ਨਜ਼ਰ ਆ ਰਿਹਾ, ਜਿਸ ਤਰ੍ਹਾਂ ਨਾਲ ਬੈਕ ਟੂ ਬੈਕ ਗਾਣੇ ਲਾਂਚ ਹੋ ਰਹੇ ਨੇ।